ਇਹ ਅਹਿਮਦਪੁਰ ਦਾ ਸ਼ਮਸ਼ਾਨ ਘਾਟ ਆ ਜੀ। ਸਾਡੀ ਪ੍ਰਸ਼ਾਸਨ ਕੋਲੋਂ ਮੰਗ ਆ ਜੀ ਕਿ ਇਸ ਲਈ ਇੰਟਰਲੋਕ ਟੈਲ ਅਤੇ ਚਾਰ ਦੀਵਾਰੀ ਲਈ ਗ੍ਰਾਂਟ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਬਣੇ ਹੋਏ ਹੋ ਪੰਜਾਬ ਫੋਕਸ ਟੀਵੀ ਦੇ ਨਾਲ ਪ੍ਰੋਗਰਾਮ ਮੈਂ ਅਤੇ ਮੇਰੇ ਪਿੰਡ ਦੇ ਵਿਕਾਸ ਵਿੱਚ। ਅੱਜ ਅਸੀਂ ਪਹੁੰਚੇ ਹਾਂ ਪਿੰਡ ਅਹਿਮਦਪੁਰ ਜ਼ਿਲ੍ਹਾ ਤਰਨ ਤਾਰਨ ਵਿੱਚ ਔਰ ਇੱਥੋਂ ਦੇ ਮੌਜੂਦਾ ਸਰਪੰਚ ਸਰਦਾਰ ਸੰਦੀਪ ਸਿੰਘ ਜੀ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਿੰਡ ਦੇ ਵਿਕਾਸ ਲਈ ਕੀ ਕੰਮ ਕੀਤੇ ਅਤੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੰਦੀਪ ਸਿੰਘ ਜੀ, ਪੰਜਾਬ ਫੋਕਸ ਵੱਲੋਂ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਪੰਚ ਸਾਹਿਬ, ਤੁਹਾਡੇ ਪਿੰਡ ਦੀ ਆਬਾਦੀ ਕਿੰਨੀ ਟੋਟਲ? ਸਾਡੇ ਪਿੰਡ ਦੀ ਆਬਾਦੀ 600 ਦੇ ਕਰੀਬ ਹੈ। ਵੋਟ ਕਿੰਨੇ ਬਣੇ? 350 ਵੋਟ ਹੈ ਜੀ। 350? ਹਾਂਜੀ। ਜਲ ਸਪਲਾਈ ਚੱਕ ਰੇਖਾ ਤੋਂ ਆਉਂਦੀ ਹੈ ਜੀ, ਤੇ ਅਸੀਂ ਮੰਗ ਕਰਦੇ ਹਾਂ ਜੀ ਕਿ ਸਾਡੇ ਪਿੰਡ ਜਲ ਸਪਲਾਈ ਦੀ ਟੈਂਕੀ ਬਣਾਈ ਜਾਵੇ ਜੋ ਕਿ ਸਾਫ਼ ਸੁਥਰਾ ਪਾਣੀ ਪਿੰਡ ਵਾਸੀਆਂ ਨੂੰ ਮਿਲ ਸਕੇ। ਪਾਣੀ ਦਾ ਨਿਕਾਸੀ ਦਾ? ਪਾਣੀ ਦੀ ਨਿਕਾਸੀ ਸਾਡੇ ਡਰੇਨ ਹੈ ਜੀ, ਤੇ ਡਰੇਨ ਨੂੰ ਸੀਵਰੇਜ ਪਿਆ ਹੋਇਆ ਜੀ, ਤੇ ਸੀਵਰੇਜ ਰਾਹੀਂ ਡਰੇਨ ਚ ਪਾਣੀ ਪੈਂਦਾ ਜੀ। ਤੇ ਗਲੀਆਂ ਨਾਲੀਆਂ ਦਾ ਕੰਮ ਪ੍ਰੋਪਰ ਵਧੀਆ ਹੋਇਆ? ਗਲੀਆਂ ਨਾਲੀਆਂ ਦਾ ਕੰਮ ਰਹਿੰਦਾ ਵਾ ਜੀ, ਕੁਛ ਅਧੂਰਾ ਰਹਿੰਦਾ ਵਾ ਜੀ। ਤੋ ਬਸ ਜੀ ਸਾਡੀ ਸਟਾਰਟਿੰਗ ਹੈ ਜੀ, ਬਸ ਅਸੀਂ ਆ 2-4 ਦਿਨ ਚ ਕੰਮ ਸਟਾਰਟ ਕਰਨ ਲੱਗੇ ਹਾਂ ਜੀ। ਕੁਛ ਸਾਨੂੰ ਗੌਰਮੈਂਟ ਵੱਲੋਂ ਗ੍ਰਾਂਟਾਂ ਲੇਟ ਮਿਲੀਆਂ ਜੀ, ਇੱਕ ਸਾਡੀ ਨਵੀਂ ਪਹਿਲੀ ਵਾਰੀ ਪੰਚਾਇਤ ਬਣੀ ਜੀ, ਉਹਦੇ ਕਰਕੇ ਸਾਨੂੰ ਕੁਛ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜੀ। ਤੇ ਬਸ ਹੁਣ ਅਸੀਂ ਜੀ 2-4 ਦਿਨ ਚ ਆਪਣੇ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਨ ਲੱਗੇ ਜੀ। ਸ਼ਮਸ਼ਾਨ ਘਾਟ ਦਾ ਕੰਮ ਕੁਛ ਚਾਰ ਦੀਵਾਰੀ ਹੋਈ ਹੈ ਜੀ, ਕੁਛ ਰਹਿੰਦੀ ਹੈ ਜੀ, ਬਾਕੀ ਥੱਲੇ ਘਾਹ ਘੂ ਉੱਗਦਾ ਜੀ, ਤੇ ਉਹ ਅਸੀਂ ਜੀ ਇੱਕ ਓਲੀ ਆਪਣਾ ਗ੍ਰਾਂਟ ਦੀ ਮੰਗ ਕਰਦੇ ਹਾਂ ਜੀ, ਜੋ ਕਿ ਅਸੀਂ ਉਹ ਸ਼ਮਸ਼ਾਨ ਘਾਟ ਨੂੰ ਸਹੀ ਸਾਫ਼ ਸੁਥਰਾ ਬਣਾ ਸਕੀਏ। ਵਾਤਾਵਰਨ ਜੀ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲੇ ਤੇ 550 ਰੁੱਖ ਲਾਇਆ ਸੀ ਜੀ, ਕੁਛ ਮੋਟਰਾਂ ਤੇ ਲਗਾਇਆ ਜੀ ਆਪਣੇ, ਕਿਉਂਕਿ ਸਾਡੇ ਸ਼ਾਮਲਾਟ ਜ਼ਮੀਨ ਕੁਛ ਹੈ ਨੀ ਜੀ ਪਿੰਡ ਚ, ਕੁਛ ਡਰੇਨ ਤੇ ਲਾਇਆ ਸੀ ਜੀ, ਤੇ ਅਸੀਂ 550 ਦਰਖਤ ਲਗਾਇਆ ਜੀ। ਠੀਕ ਹੈ ਜੀ। ਹਾਂਜੀ, ਤੇ ਨੀਲੇ ਕਾਰਡ ਦੀ ਸੁਵਿਧਾ ਚੱਲ ਰਹੀ ਤੁਹਾਡੇ ਪਿੰਡ ਵਿੱਚ? ਹਾਂਜੀ, ਨੀਲੇ ਕਾਰਡ ਦੀ ਜੀ ਸਾਰਿਆਂ ਨੂੰ ਜੀ 2 ਰੁਪਏ ਕਿਲੋ ਵਾਲਾ ਰਾਸ਼ਨ ਮਿਲ ਰਿਹਾ ਜੀ। ਠੀਕ ਹੈ ਜੀ। ਹਾਂਜੀ, ਕੋਰੋਨਾ ਕਾਲ ਵਿੱਚ ਜੀ ਸਾਡੇ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਧਰਤੀ ਹੈ ਜੀ, ਬਹੁਤ ਗੁਰੂ ਅੰਗਦ ਦੇਵ ਪਾਤਸ਼ਾਹ ਦੀ ਮਿਹਰ ਰਹੀ ਜੀ, ਸਾਡੇ ਪਿੰਡ ਇੱਕ ਵੀ ਕੋਈ ਪੋਜ਼ਿਟਿਵ ਮਰੀਜ਼ ਨਹੀਂ ਆਇਆ ਜੀ। ਤੇ ਪੰਜਾਬ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਆਈਆਂ ਤੁਹਾਡੇ ਪਿੰਡ? ਹਾਂਜੀ, ਸਾਡੇ ਜੀ 35 ਰਾਸ਼ਨ ਕਿੱਟਾਂ ਆਈਆਂ ਜੀ, ਸੰਤੋਖ ਸਿੰਘ ਭਲਾਈਪੁਰ MLA ਸਾਹਿਬ ਨੇ ਭੇਜੀਆਂ ਜੀ ਸਾਨੂੰ, ਤੇ ਅਸੀਂ ਲੋੜਵੰਦਾਂ ਦੇ ਵਿੱਚ ਵੰਡੀਆਂ ਜੀ। ਕੋਈ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਕੋਈ ਇਹੋ ਮੰਗ ਕਰਦੇ ਜੀ ਕਿ ਸਾਡੇ ਪਿੰਡ ਨੂੰ ਜੀ ਗ੍ਰਾਂਟ ਦਿੱਤੀ ਜਾਵੇ ਜੋ ਕਿ ਅਸੀਂ ਪਿੰਡ ਦਾ ਵਿਕਾਸ ਕਰ ਸਕੀਏ, ਜੋ ਵੀ ਸਾਡੇ ਪਿੰਡ ਵਿੱਚ ਗਲੀਆਂ ਨਾਲੀਆਂ ਦਾ ਕੰਮ ਰਹਿੰਦਾ ਹੈ ਉਹ ਸਾਰਾ ਮੁਕੰਮਲ ਕਰ ਸਕੀਏ, ਸ਼ਮਸ਼ਾਨ ਘਾਟ ਨੂੰ ਸਾਫ਼ ਸੁਥਰਾ ਉੱਥੇ ਫਰਸ਼ ਵਗੈਰਾ ਲਾ ਕੇ ਸਾਰਾ ਕੁਝ ਸਹੀ ਕਰ ਸਕੀਏ ਜੀ। ਧੰਨਵਾਦ ਸਰਪੰਚ ਸਾਹਿਬ, ਬਣੇ ਰਹੋ ਪੰਜਾਬ ਫੋਕਸ ਟੀਵੀ ਦੇ ਨਾਲ।